ਐਕਸਰਸਾਈਜ਼ 10.5 9th ਕਲਾਸ ਮੈਥ ਸਰਕਲਸ ਦੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕੁਐਸਚਨ ਨੰਬਰ 1 ए बी एंड सी आर थ्री पॉइंट्स ऑन द सर्कल विद सेंटर ओ एंगल बी ओ सी ਦਿੱਤਾ ਹੋਇਆ 30 ਡਿਗਰੀ ਦਾ ਤੇ ਐਂਗਲ ਏ ਓ ਬੀ ਦਿੱਤਾ 60 ਡਿਗਰੀ ਦਾ ਐਟ ਦਾ ਸੈਂਟਰ ਇਹ ਬੰਦੇ ਪਏ ਐਂਗਲ ਤੇ ਸਰਕਮਫਰੈਂਸ ਤੇ ਜਿਹੜਾ ਐਂਗਲ ਬੰਦਾ ਪਿਆ ਉਹ ਬੰਦਾ ਪਿਆ ਉਹ ਕੈਲਕੂਲੇਟ ਕਰਨਾ टू फाइंड एंगल एडीसी ਅਸੀਂ ਇਹ ਥਿਊਰਮ ਪੜ੍ਹੀ ਹੋਈ ਹੈ ਐਂਗਲ ਐਟ ਦਾ ਸੈਂਟਰ ਇਜ਼ ਇਕੁਅਲ ਟੂ ਡਬਲ ਦਾ ਐਂਗਲ ਐਟ ਦਾ ਰਿਮੇਨਿੰਗ ਪਾਰਟ ਆਫ ਦਾ ਸਰਕਲ ਤਾਂ ਕੀ ਆ ਆਰਕ ਜਿਹੜੀ ਏਸੀ ਐਸੀ ਆਰਕ ਜਿਹੜੀ ਹੈ ਸਪਟੈਂਡਸ ਐਂਗਲ ਓਸੀ ਐਟ ਦਾ ਸੈਂਟਰ ਐਂਡ ਐਂਗਲ ਏडीसी 온 ਦਾ ਸਰਕਲ ਇਦਾਂ ਲਿਖ ਲੈਣਾ ਦੇਰਫੋਰ ਟ्वाइस ਐਂਗਲ ਏडीसी ਕਿਤੇ ਬਰਾਬਰ ਹੋਏਗਾ ਐਂਗਲ ਓਸੀ ਦੇ ਕਿਉਂਕਿ ਸੈਂਟਰਲ ਐਂਗਲ ਦਾ ਜਿਹੜਾ ਆ ਐਂਗਲ ਹੈ ਇਹ ਸੈਂਟਰਲ ਐਂਗਲ ਦਾ ਡਬਲ ਹੁੰਦਾ ਹੈ ਥਿਊਰਮ ਆ एंगल एओसी ਇਹਨਾਂ ਨੂੰ ਦੋਨਾਂ ਨੂੰ ਜਮਾ ਕਰ ਦਿਓ ਪਲੱਸ ਕਰ ਦਿਓ 60 30° 90° दिग्री एंगल एडीसी ਹੈਗੇ 90/2 45° ਕੁਐਸਚਨ 2 ਅਕੋਰਡ ਆਫ ਅ ਸਰਕਲ ਇਸ ਇਕੁਅਲ ਟੂ ਰੇਡੀਅਸ ਜਿਹੜਾ ਕੋਡ ਆ ਰੇਡੀਅਸ ਦੇ ਬਰਾਬਰ ਆ ਫਾਈਂਡ ਦਾ ਐਂਗਲ ਸਬਟੈਂਡਡ ਬਾਈ ਦਾ ਕੋਡ ਐਟ ਅ ਪੁਆਇੰਟ ਔਨ ਦਾ ਮਾਈਨਰ ਆਰਕ ਐਂਡ ਆਲਸੋ ਔਨ ਦਾ ਮੇਜਰ ਆਰਕ ਮਾਈਨਰ ਆਰਕ ਤੇ ਮੇਜਰ ਆਰਕ ਤੇ ਐਂਗਲ ਲੱਭਣਾ ਆਪਾਂ ਕਿ ਮਤਲਬ ਇਹਦਾ ਮਾਈਨਰ ਆਰਕ ਤੇ ਐਂਗਲ ਬਣਦਾ ਪਿਆ ਮਾਈਨਰ ਆਰਕ ਹੈ ਆ ਨੀਚੇ ਵਾਲੀ AB ਤਾਂ ਐਂਗਲ ACB ਬਣਦਾ ਪਿਆ ਮੇਜਰ ਆਰਕ ਤੇ ਬਣਦਾ ਪਿਆ ਐਂਗਲ APB ਇਹਨਾਂ ਨੂੰ ਆਪਾਂ ਕੈਲਕੂਲੇਟ ਕਰਨਾ ਹੈ ਕੋਡ AB ਆਫ ਸਰਕਲ ਇਸ ਇਕੁਅਲ ਟੂ ਦਾ ਰੇਡੀਅਸ ਆ ਜਿਹੜਾ ਕੋਡ AB ਹੈ ਇਹ ਰੇਡੀਅਸ ਦੇ ਬਰਾਬਰ ਕਹਿੰਦਾ ਮਤਲਬ OA ਬਰਾਬਰ AB ਬਰਾਬਰ OB ਤਿੰਨੋ ਇਕੁਅਲ ਹੈ to find angle APB and angle ACB -angle in triangle OAB eh kehdi hai tenu sidea برابر hai te kehdi triangle ban gayi equilateral ehda har angle equal hunda 60 degree de barabare saanu pata now minor arc hun eh minor arc di gall karde ha AB subtends angle AOB at the center and angle APB on the circumference of the circle hun jehdi hai AB arc hai ਇਹ ਜਿਹੜੀ ਸਬਟੈਂਡ ਐਂਗਲ AOB ਸੈਂਟਰ ਤੇ ਤੇ ਰਿਮੇਨਿੰਗ ਪਾਰਟ ਆਫ ਦਾ ਸਰਕੰਫਰੈਂਸ APB ਤੇ ਐਂਗਲ ਬਣਾਉਂਦੀ ਹੈ ਦਾ ਮਤਲਬ ਇਹ ਜਿਹੜਾ ਐਂਗਲ ਹੈ ਇਸ ਐਂਗਲ ਦਾ ਹਾਫ ਹੋਏਗਾ ਜਿਵੇਂ ਇਦਾਂ ਕਹਿ ਲਓ ਵੀ ਐਂਗਲ AOB ਇਕੁਅਲ ਟੂ ਟ्वाइस ਐਂਗਲ APB ਇਹ ਥਿਊਰਮ ਆਪਾਂ ਕੀਤੀ ਹੋਈ ਹੈ ਲਿਖ ਦੇਣਾ ਤੇਰਫ ਟ्वाइस ਐਂਗਲ APB ਇਕੁਅਲ ਟੂ ਐਂਗਲ AOB ਤੇ ਐਂਗਲ AOB ਦਾ ਪਤਾ ਹੀ ਹੈ 60 ਡਿਗਰੀ APB ਆ ਗਿਆ 60/2 30 ਡਿਗਰੀ ਹੁਣ P A C B ਇਜ਼ ਅ ਅੱਗੇ ਆ ਗਿਆ P A C B ਇਜ਼ ਅ ਸਾਈਕਲਿਕ ਕੁਆਡਿਲੇਟਰਲ P A C B ਇਜ਼ ਅ ਸਾਈਕਲਿਕ ਕੁਆਡਿਲੇਟਰਲ ਤੇ ਆਪੋਜ਼ਿਟ ਸਮ ਆਫ ਆਪੋਜ਼ਿਟ ਐਂਗਲਸ ਆਫ ਸਾਈਕਲਿਕ ਕੁਆਡਿਲੇਟਰਲ ਇਜ਼ 180 ਡਿਗਰੀ ਇਹ ਵੀ ਥਿਊਰਮ ਆਪਾਂ ਕੀਤੀ ਹੈ ਸਮ ਆਫ ਆਪੋਜ਼ਿਟ ਐਂਗਲ ਸਾਈਕਲੋਕ 180 ਡਿਗਰੀ ਦੇਰਫੋਰ ਐਂਗਲ A C B ਐਂਗਲ A P B ਇਕੁਅਲ ਟੂ 180 ਡਿਗਰੀ तो इतने ए पी बी एंगल थर्टी डिग्री वैल्यू पुट कर दियो एंगल ए सी बी इक्वल टू वन एटी माइनस थर्टी एंगल ए सी बी आ गया वन फिफ्टी डिग्री क्वेश्चन तीन फिगर दीती हुई है एंगल पी क्यू आर हंड्रड डिग्री है पी पॉइंट्स आर पॉइंट सोना सर्कल विद सेंटर एंगल ओ पी आर कैलकुलेट करना एंगल ओ पी आर कैलकुलेट करना फिगर बनी हुई है लॉ फिगर बना देती है ਇਦੇ ਵਿੱਚ ਐਂਗਲ PQR ਦਿੱਤਾ 100 ਡਿਗਰੀ OPR ਆ ਐਂਗਲ ਹੈ ਜਿਹੜਾ ਇਹ ਕੈਲਕੂਲੇਟ ਕਰਨਾ ਹੈ ਲੋ ਇਹ ਰਿਫਲੈਕਸ ਐਂਗਲ ਇੱਧਰ ਬਣ ਗਿਆ ਮੇਜਰ ਆਰਕ PR ਹੁਣ ਮੇਜਰ ਆਰਕ ਬਣ ਗਈ ਇਹ ਸਬਟੈਂਡਸ ਐਂਗਲ ਰਿਫਲੈਕਸ ਐਂਗਲ ਬਣ ਗਿਆ ਇੱਥੇ POR ਐਟ ਦਾ ਸੈਂਟਰ ਐਂਡ PQR ਐਟ ਦਾ ਔਨ ਦਾ ਸਰਕਲ ਇਹ ਕੋਣ ਬਣੰਦੀ ਪਈ ਹੈ ਤੇ ਸਾਨੂੰ ਪਤਾ ਹੀ ਹੈ ਕਿ ਐਂਗਲ ਐਟ ਦਾ ਸੈਂਟਰ ਇਜ਼ ਇਕੁਅਲ ਟੂ ਡਬਲ ਦਾ ਐਂਗਲ ਐਟ ਦਾ ਰਿਮੇਨਿੰਗ ਪਾਰਟ ਆਫ ਦਾ ਸਰਕਮਫਰੈਂਸ ਦੇਰਫੋਰ ਰਿਫਲੈਕਸ ਐਂਗਲ ਪਓ ਆਰ ਕਿਹਦੇ ਬਰਾਬਰ ਹੋਗਾ ਟੁਵਾਇਸ ਐਂਗਲ ਪੀਕਯੂ ਆਰ ਦੇ ਪੀਕਯੂ ਆਰ 100 ਡਿਗਰੀ ਦਿੱਤਾ ਹੋਇਆ ਦੋ ਨੂੰ 100 ਨਾਲ ਮਲਟੀਪਲਾਈ ਕਰਦੇ ਹੋ 200 ਡਿਗਰੀ ਬਣ ਗਿਆ ਇਹ ਆ ਗਿਆ ਰਿਫਲੈਕਸ ਐਂਗਲ ਪਓ ਆਰ ਆ ਜਿਹੜਾ ਕੋਣ ਹੁਣ ਰਿਫਲੈਕਸ ਐਂਗਲ ਦੇ ਵਿੱਚ ਆ ਉੱਪਰਲਾ ਕੋਣ ਆਰਓਪੀ ਜਮਾ ਕਰੋਗੇ ਪਓ ਆਰ ਪਲੱਸ ਆਰਓਪੀ ਕੰਪਲੀਟ ਐਂਗਲ ਬਣ ਗਿਆ ਨਾ ਕਿੰਨੇ ਦਾ ਹੁੰਦਾ 360 ਡਿਗਰੀ ਲਿਖਦਾ ਸਮ ਆਫ ði ਸੈਂਟਰ ਐਂਗਲ ਇਜ਼ ਕੰਪਲੀਟ ਐਂਗਲ ਉਹ ਐਂਗਲ ਆ ਪੀਓ ਆਰ ਪਤਾ 200 ਡਿਗਰੀ ਤਾਂ ਐਂਗਲ ਆਰਓਪੀ ਆ ਗਿਆ 360 200 ਇਕੁਅਲ ਟੂ ਐਂਗਲ ਆਰਓਪੀ ਇਕੁਅਲ ਟੂ 160 ਡਿਗਰੀ ਲੋ ਐਂਗਲ ਆਰਓਪੀ ਪਤਾ ਲੱਗ ਗਿਆ ਇਧਰ ਵਾਲਾ ਇਹ ਹੈਗਾ 160 ਡਿਗਰੀ ਹੁਣ ਐਂਗਲ ਹੁਣ ਆ ਟ੍ਰਾਇੰਗਲ ਲੈ ਲੈਨੇ ਪੀਓ ਆਰ ਟ੍ਰਾਇੰਗਲ ਪੀਓ ਆਰ ਦੇ ਵਿੱਚ ਓਪੀ ਬਰਾਬਰ ਓ ਆਰ ਰੇਡੀਆਈ ਆਫ ਸੇਮ ਸਰਕਲ ਤੇ ਇਹਨਾਂ ਦੇ ਆਪੋਜ਼ਿਟ ਐਂਗਲ ਵੀ ਆਪਸ ਦੇ ਵਿੱਚ ਬਰਾਬਰ ਹੋਣਗੇ ਤਾਂ ਲਿਖ ਲੈ ਐਂਗਲ ਓ ਪੀ ਆਰ ਇਕੁਅਲ ਟੂ ਐਂਗਲ ਓ ਆਰ ਪੀ ਐਂਗਲਸ ਆਪੋਜ਼ਿਟ ਟੂ ਇਕੁਅਲ ਐਂਗਲਸ ਆਰ ਇਕੁਅਲ ਨੰਬਰ 1 ਪਾ ਲਓ ਹੁਣ ਐਂਗਲ ਓ ਪੀ ਆਰ ਪਲੱਸ ਐਂਗਲ ਓ ਆਰ ਪੀ ਐਂਗਲ ਓ ਪੀ ਆਰ ਪਲੱਸ ਐਂਗਲ ਓ ਆਰ ਪੀ ਆ ਦੋਨੋਂ ਐਂਗਲ ਪਲੱਸ ਇਹ ਐਂਗਲ ਪੀ ਆਰ ਓ ਪੀ ਕਿਹਦੇ ਬਰਾਬਰ 180 ਡਿਗਰੀ ਦੇ ਐਂਗਲ ਸਮ ਪ੍ਰਾਪਰਟੀ ਹੁਣ ਐਂਗਲ ਓ ਪੀ ਆਰ ਪਲੱਸ ਐਂਗਲ ਓ ਪੀ ਆਰ ORP ਨੂੰ ਵੀ ਅਸੀਂ OPR ਲਿਖ ਸਕਦੇ ਹਾਂ ਕਿਉਂਕਿ ਇਹ ਦੋਨੋਂ ਆਪਸ ਦੇ ਵਿੱਚ ਇਕੁਅਲ ਨੇ OPR ਦਾ ਪਤਾ ਹੀ ਹੈ 160 ਡਿਗਰੀ ਆ ਦੇਖੋ ਕੈਲਕੂਲੇਟ ਕੀਤਾ ਹੋਇਆ ਬਰਾਬਰ 180 ਡਿਗਰੀ ਇਹ ਫਰੋਮ 1 મે ਲਿਖ ਦਿੱਤਾ ਨੂੰ 1 ਪਾਇਆ ਸੀ ਨਾ ਹੁਣ ਨਾ ਟਵਾਈਸ ਐਂਗਲ OPR ਬਣ ਗਿਆ 180 ਚੋਂ 160 ਘਟਾ ਦਿਓ 160 ਇਹ ਆ ਗਿਆ 20 ਡਿਗਰੀ ਤਾਂ ਐਂਗਲ OPR ਇਕੁਅਲ ਟੂ 20/2 ਇਹਨੂੰ ਕੱਟ ਦਿਓ 10 ਡਿਗਰੀ ਆਨਸਰ ਆ ਗਿਆ